खालसा जी सदा चढ़दी कला विच रहना, जन्म ते मौत परमेश्वर दे हाथ विच है। उत्थों गुरु साहब तीर चलाउंदे हन, इह स्थान प्रगट करदे हन। गुरु साहब दा जिहड़ा उह कमान सीगा उहनूं चलाउण, उह चला सकदा जिहड़ा तकरीबन 2.5 क्वांटल भार चुकण दी समर्था रखदा होवे। महाराजा रणजीत सिंह जी ने गुरु साहब की याद विच 10 मंजिला स्थान बनाउण दी सोची। हर सिख दी मैं इत्थे 60 साल तक उडीक करदा हां। अबचल नगर गोबिंद गुरु का, नाम जपत सुख पाया राम, मन इच्छे से ही फल पाए, करतै आप वसाया राम, करतै आप वसाया सर्व सुख पाया, पुत भाई सिख बिगासे, गुण गावह पूर्ण परमेश्वर, कारज आया रासे, प्रभ आप स्वामी आपे रखा, आप पिता आप माया, कहो नानक सतगुर बलिहारी, जिन ए थान सुहाया। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਹੈ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ, ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਅਬਚਲ ਨਗਰ ਦੇ ਦਰਸ਼ਨ ਹੋ ਰਹੇ ਆ ਜੀ। ਇੱਥੋਂ ਦਾ ਇਤਿਹਾਸ ਜਿਹੜਾ ਵਾ, ਗੁਰੂ ਸਾਹਿਬ ਦਾ ਦੀਵਾਨ ਲੱਗਾ ਹੋਇਆ ਨਗੀਨਾ ਘਾਟ, ਤਕਰੀਬਨ 1 ਕਿਲੋਮੀਟਰ ਦੂਰ। ਉੱਥੋਂ ਗੁਰੂ ਸਾਹਿਬ ਤੀਰ ਚਲਾਉਂਦੇ ਹਨ, ਇਹ ਸਥਾਨ ਪ੍ਰਗਟ ਕਰਦੇ ਹਨ। ਇਹ ਕਿਸੇ ਮੁਸਲਮਾਨ ਦੀ ਜ਼ਮੀਨ ਹੈ, ਉਹ ਇਤਰਾਜ਼ ਕਰਦਾ ਹੈ ਬਹਾਦਰ ਸ਼ਾਹ, ਕਿਉਂਕਿ ਗੁਰੂ ਸਾਹਿਬ ਦੇ ਨਾਲ ਹੀ ਇੱਧਰ ਦੱਖਣ ਦੇਸ਼ ਨੂੰ ਆਇਆ। ਬਹਾਦਰ ਸ਼ਾਹ ਦੀ ਕੋਰਟ ਦੇ ਵਿੱਚ ਫਰਿਆਦ ਲੈ ਕੇ ਜਾਂਦਾ ਕਿ ਜ਼ਮੀਨ ਸਾਡੇ ਪੁਰਖਿਆਂ ਦੀ ਹੈ, ਤਾਂ ਗੁਰੂ ਸਾਹਿਬ ਉਸ ਵੇਲੇ ਕਹਿੰਦੇ ਕਿ ਤੁਸੀਂ ਇਹਨੂੰ ਥੋੜ੍ਹਾ ਜਿਹਾ ਪਟਾਓ, ਇਹਦੇ ਥੱਲਿਓਂ ਸਾਡੀਆਂ ਆਹ ਨਿਸ਼ਾਨੀਆਂ ਨਿਕਲਣਗੀਆਂ। ਉਹ ਨਿਸ਼ਾਨੀਆਂ ਨਿਕਲਣ 'ਤੇ ਇਹ ਜ਼ਮੀਨ ਜਿਹੜੀ ਆ ਉਹ ਮੰਨ ਗਏ ਕਿ ਗੁਰੂ ਸਾਹਿਬ ਦੀ ਆ, ਪਰ ਫਿਰ ਵੀ ਗੁਰੂ ਸਾਹਿਬ ਨੇ ਮੋਹਰਾਂ ਵਿਛਾ ਕੇ ਇਹ ਜ਼ਮੀਨ ਦਾ ਉਹਨਾਂ ਨੂੰ ਮੁੱਲ ਦਿੱਤਾ, ਔਰ ਇਹ ਜ਼ਮੀਨ ਗੁਰੂ ਸਾਹਿਬ ਨੇ ਉਹਨਾਂ ਕੋਲੋਂ ਲੈ ਲਈ। ਇਸ ਸਥਾਨ 'ਤੇ ਗੁਰੂ ਸਾਹਿਬ ਨੇ ਦੀਵਾਨ ਲੱਗਦੇ ਹਨ, ਗੁਰੂ ਸਾਹਿਬ ਸੱਜਦੇ ਹਨ, ਪਰ ਹੁੰਦਾ ਕੀ ਆ ਕਿ ਜਿਹੜੇ ਵਜ਼ੀਰ ਖਾਨ ਨੇ 2 ਭੇਜੇ ਸੀਗੇ ਉੱਥੋਂ ਮੁਗਲ, ਗੁਰੂ ਸਾਹਿਬ 'ਤੇ ਗੁਲ ਖਾਨ ਅਤੇ ਅਤੌਲਾ ਖਾਨ, ਜਿਹੜਾ ਵਾ ਇੱਕ ਦਿਨ ਗੁਰੂ ਸਾਹਿਬ ਦੀ ਵੱਖੀ ਦੇ ਵਿੱਚ ਜਿਹੜਾ ਵਾ ਉਹ ਵਾਰ ਕਰ ਦਿੰਦਾ ਵਾ ਗੁਲ ਖਾਨ, ਤਾਂ ਉਸ ਵੇਲੇ ਗੁਰੂ ਸਾਹਿਬ ਆਪਣੀ ਵੱਖੀ 'ਤੇ ਹੱਥ ਰੱਖ ਕੇ ਉਹ ਜ਼ਖਮ ਦੇ ਉੱਤੇ, ਅਤੇ ਦੂਜੇ ਹੱਥ ਦੇ ਨਾਲ ਤੇਗ ਦੇ ਨਾਲ ਗੁਲ ਖਾਨ ਨੂੰ ਉੱਥੇ ਹੀ ਜਿਹੜਾ ਵਾ ਮਾਰ ਦਿੰਦੇ ਆ। ਅਤੇ ਜਿਹੜਾ ਅਤੌਲਾ ਖਾਨ ਉਹ ਭੱਜਣ ਲੱਗਦਾ ਵਾ, ਜਦੋਂ ਭੱਜਣ ਲੱਗਦਾ ਤਾਂ ਭਾਈ ਆਲਮ ਸਿੰਘ ਜਿਹੜੇ ਆ ਉਹਨੂੰ ਵੀ ਉੱਥੇ ਹੀ ਪਾਰ ਬੁਲਾ ਦਿੰਦੇ ਆ। ਹਕੀਮ ਸੱਦੇ ਜਾਂਦੇ ਆ, ਬਹਾਦਰ ਸ਼ਾਹ ਜਿਹੜੇ ਸ਼ਾਹੀ ਹਕੀਮ ਉਹਨਾਂ ਨੂੰ ਵੀ ਭੇਜਦਾ ਵਾ, ਅਤੇ ਗੁਰੂ ਸਾਹਿਬ ਦਾ ਇਲਾਜ ਚੱਲਣ ਲੱਗ ਪੈਂਦਾ। 10-15 ਦਿਨਾਂ ਦੇ ਵਿੱਚ ਜ਼ਖਮ ਕੁਛ ਠੀਕ ਹੋ ਜਾਂਦਾ ਹੈ, ਤਾਂ ਗੁਰੂ ਸਾਹਿਬ ਜਿਹੜੇ ਆ ਇੱਥੇ ਉਸ ਵੇਲੇ ਪਰਮੇਸ਼ਰ ਦੇ ਗੁਣ ਗਾਉਂਦੇ ਸਮਾਂ ਕੱਢਦੇ ਰਹਿੰਦੇ ਆ। ਪਰ ਉਸ ਇੱਕ ਦਿਨ ਫਿਰ ਗੁਰੂ ਸਾਹਿਬ ਇਹ ਬਚਨ ਕੀਤੇ ਕਿ ਸਾਨੂੰ ਧੁਰ ਦਾ ਸੱਦਾ ਆ ਗਿਆ ਹੈ। ਇੱਥੇ ਇਤਿਹਾਸ ਇੱਦਾਂ ਲਿਖਿਆ ਕਿ ਗੁਰੂ ਸਾਹਿਬ ਨੇ ਇੱਕ ਦਿਨ, ਇੱਥੇ ਸਾਰੇ ਸ਼ਸਤਰ ਵਸਤਰ ਲੱਗੇ ਹੋਏ ਸੀਗੇ, ਗੁਰੂ ਸਾਹਿਬ ਨੂੰ ਮਿਲਣ ਵਾਸਤੇ ਬਹਾਦਰ ਸ਼ਾਹ ਦੇ ਦੂਤ ਆਉਂਦੇ ਹਨ। ਉਹ ਦੂਤ ਜਿਹੜੇ ਉਹ ਆਪ ਵੀ ਤੀਰ ਚਲਾਉਣਾ ਜਾਣਦੇ ਹਨ, ਅਤੇ ਉਹ ਸੋਚਦੇ ਹਨ ਕਿ ਗੁਰੂ ਜਿਹੜਾ ਵਾ ਸਿਰਫ ਇਹਦੀ ਸੋਭਾ ਵਾਸਤੇ ਸ਼ਸਤਰ ਲੱਗੇ ਆ। ਜਿਵੇਂ ਆਪਾਂ ਨੇ ਕਈ ਵਾਰੀ ਸ਼ਸਤਰ ਸਾਨੂੰ ਨਾ ਵੀ ਚਲਾਉਣਾ ਹੁੰਦਾ ਹੋਵੇ ਤਾਂ ਅਸੀਂ ਆਪਣਾ ਪਾ ਕੇ ਰੱਖਦੇ ਹਾਂ, ਤਾਂ ਗੁਰੂ ਸਾਹਿਬ ਉਹਨਾਂ ਦੇ ਮਨਾਂ ਦੀਆਂ ਜਾਣਨ ਵਾਲੇ। ਗੁਰੂ ਸਾਹਿਬ ਉਸ ਵੇਲੇ ਤੀਰ ਚਲਾਉਣ ਲੱਗਦੇ ਆ, ਅਤੇ ਕਿਸੇ ਇੱਕ ਵਾਰੀ ਵੀਰ ਨੇ ਦੱਸਿਆ ਸੀਗਾ ਕਿ ਗੁਰੂ ਸਾਹਿਬ ਦਾ ਜਿਹੜਾ ਉਹ ਕਮਾਨ ਸੀਗਾ ਉਹਨੂੰ ਚਲਾਉਣ, ਉਹ ਚਲਾ ਸਕਦਾ ਜਿਹੜਾ ਤਕਰੀਬਨ 2.5 ਕੁਆਂਟਲ ਭਾਰ ਚੁੱਕਣ ਦੀ ਸਮਰੱਥਾ ਰੱਖਦਾ ਹੋਵੇ। ਇੰਨੀ ਤਾਕਤ ਜਿਹੜਾ ਉਸ ਤੀਰ ਨੂੰ ਖਿੱਚਣ, ਕਮਾਨ ਨੂੰ ਖਿੱਚਣ 'ਚ ਚਾਹੀਦੀ ਸੀ। ਇਹ ਕੋਈ ਅਤਕਥਨੀਆਂ ਜਾਂ ਐਵੇਂ ਹਵਾ 'ਚ ਮਾਰੀਆਂ ਗੱਲਾਂ ਨਹੀਂ ਆ। 8 ਮੀਲ ਦੂਰ, 8 ਮੀਲ ਜਿਹੜੇ ਤਕਰੀਬਨ 12-13 ਕਿਲੋਮੀਟਰ ਦੇ ਦੇਖਦੇ, ਉੱਥੇ ਜੇ ਗੁਰੂ ਸਾਹਿਬ ਇੰਨੀ ਐਕੂਰੇਸੀ ਦੇ ਵਿੱਚ ਮੰਜੇ ਦੇ ਪਾਵੇ ਵਿੱਚ ਤੀਰ ਮਾਰ ਸਕਦੇ ਆ, ਤਾਂ ਇਹਦਾ ਮਤਲਬ ਆ ਕਿ ਉਹਦੇ ਤੀਰ ਦੇ ਮਗਰ ਤਾਕਤ ਕਿੰਨੀ ਹੋਊਗੀ, ਜਿਹੜਾ ਤੀਰ ਬਿਲਕੁਲ ਨਿਸ਼ਾਨੇ 'ਤੇ ਸਿੱਧਾ ਜਾਂਦਾ ਹੈ। ਗੁਰੂ ਸਾਹਿਬ ਤੀਰ ਚਲਾਉਂਦੇ ਹਨ, ਉਹ ਜਿਹੜਾ ਜ਼ਖਮ ਆ ਜਿਵੇਂ ਉਹਦੇ ਟਾਂਕੇ ਲੱਗੇ ਹੁੰਦੇ ਨੇ ਉਹ ਖੁੱਲ੍ਹ ਜਾਂਦੇ ਹਨ, ਤਾਂ ਉਸ ਵੇਲੇ ਸਿੱਖ ਕਹਿੰਦੇ ਇਹਦਾ ਇਲਾਜ ਕਰੀਏ, ਤਾਂ ਗੁਰੂ ਸਾਹਿਬ ਕਹਿੰਦੇ ਨਹੀਂ, ਇਹਦਾ ਹੁਣ ਇਲਾਜ ਨਹੀਂ ਕਰਨਾ, ਸਾਨੂੰ ਜਿਹੜਾ ਵਾ ਉਹ ਦਰਗਾਹ ਦੇ ਵਿੱਚੋਂ ਸੱਦਾ ਆ ਗਿਆ ਵਾ। ਤਾਂ ਸਿੱਖ ਕਹਿੰਦੇ ਗੁਰੂ ਸਾਹਿਬ ਜੇ ਤੁਸੀਂ ਜਾ ਰਹੇ ਹੋ ਸਾਨੂੰ ਕਿਹਦੇ ਲੜ ਲਾ ਕੇ ਜਾ ਰਹੇ ਹੋ, ਤਾਂ ਗੁਰੂ ਸਾਹਿਬ ਉਸ ਵੇਲੇ ਕਹਿੰਦੇ ਹਨ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਜਾ ਰਹੇ ਹਾਂ। ਉਹ ਗੁਰੂ ਸਾਹਿਬ ਉਸ ਵੇਲੇ 5 ਪੈਸੇ ਨਾਰੀਅਲ ਦੇ ਨਾਲ, ਜੋ ਗੁਰਗੱਦੀ ਦਾ ਤਰੀਕਾ ਸੀਗਾ ਦੇਣ ਦਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਬਖਸ਼ ਕੇ ਗੁਰੂ ਸਰੀਰ ਤੋਂ ਸ਼ਬਦ ਰੂਪ ਬਣਾ ਕੇ, ਤਾਂ ਸਾਡਾ ਗੁਰੂ ਅਜੇ ਸ਼ਬਦ ਗੁਰੂ ਆ, ਬਣਾ ਕੇ ਗੁਰੂ ਸਾਹਿਬ ਨੂੰ ਉਸ ਵੇਲੇ ਨਮਸਕਾਰ ਕਰ ਦਿੰਦੇ ਹਨ, ਅਤੇ ਆਪਣੇ ਜਾਣ ਦੀ ਤਿਆਰੀ ਕਰਨ ਲੱਗ ਪੈਂਦੇ ਹਨ। ਫਿਰ ਗੁਰੂ ਸਾਹਿਬ ਦੀਵਾਨ ਇੱਥੇ ਸਜਾਉਂਦੇ ਹਨ, ਸਾਰੀ ਸੰਗਤ ਬੈਠੀ ਹੈ, ਕੀਰਤਨ ਹੋ ਰਿਹਾ ਹੈ। ਗੁਰੂ ਸਾਹਿਬ ਆਪਣੀ ਕਲਗੀ ਜਿਗਾ ਪੂਰਾ ਸ਼ਸਤਰ ਬਸਤਰ ਸਜਾ ਕੇ ਜਾਹੋ ਜਲਾਲ ਦੇ ਵਿੱਚ ਉਸ ਦੀਵਾਨ ਦੇ ਵਿੱਚ ਆਉਂਦੇ ਹਨ, ਆਣ ਕੇ ਸੱਜਦੇ ਹਨ, ਅਤੇ ਸੱਜ ਕੇ
संगत दर्शन करती है, नमस्कार करती है, वाहिगुरू जी का खालसा वाहिगुरू जी की फतेह बुलाउंदी है, उस वेले गुरु साहब फिर संगतां नूं अंतम उपदेश दिंदे हन। उह कहिंदे हन खालसा जी सदा चढ़दी कला विच रहना, जन्म ते मौत परमेश्वर दे हथ विच है, ते जिहड़ा आ शरीर आ इहदा प्यार झूठा है, इहनूं प्यार झूठा नहीं करना। तुहानूं मैं अकाल पुरख दे हवाले करके जा रहा, मैं सिर्फ उसका दास हाँ, गुरु साहब की इन्नी निम्रता। और फिर कहिंदे मेरा सिख जिहड़ा वा उह सवेरे उठ के नितनेम करिया करे, बाणी पढ़िया करे, इतिहास सुनिया करे, और जिहड़ा ये नित प्रति करेगा उहनूं मुक्ति प्राप्त होएगी, जिहड़ा नहीं करेगा उन्हूं सिख कहाउण दा हक नहीं। ते जिहड़ा पंज सिंघां दा दर्शन तैयार बर तैयार, ये भी जिहड़ा साडा सरूप होएगा, ते सानू रहत प्यारी मुझ को सिख प्यारा ना है, ये बचन कहे भी जिहड़ी तेरी रहत प्यारी है सिखा, तू नहीं सानू चंगा लगता, ये बचन कह के रात का 1:30 बज चुका वा जिस वेले, तकरीबन कह लिए अमृत वेला होण लगा। गुरु साहब उस वेले कहिंदे भी असीं कनात लवाउंदे सद मंगा के, एक इस थां ते सचखंड साहब वाले कनात लवा के उहदे विच चंदन की लकड़, जिहड़ा गोबिंद बाग आ पिछे उत्थों चंदन की लकड़ मंगाई जाती आ, वह मंगा के उत्थे चिखा तैयार की जाती आ। तो गुरु साहब हुक्म करते आ कि असी कनात विच जावांगे, साढ़े पिछों किसी ने रोस किसी ने रोना वैराग नहीं करना, निरंतर कीर्तन करते रहना, तो कनात विच किसी ने झाती नहीं मारनी, ना ही साडा अंगीठा फोल्यो। पर उस वेले गुरु साहब जिहड़े आ ਉਹ ਸਿੰਘਾਂ ਨੂੰ ਸੰਗਤਾਂ ਨੂੰ ਧੀਰਜ ਬੰਧਾ ਕੇ ਫਤਿਹ ਬੁਲਾ ਕੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਅਤੇ ਅੰਦਰ ਚਲੇ ਜਾਂਦੇ ਆ। ਸੰਗਤ ਨੂੰ ਬਸ ਰੌਸ਼ਨੀ ਦਿਖਦੀ ਆ, ਤਾਂ ਉਸ ਤੋਂ ਬਾਅਦ 'ਚ ਜਿਹੜੀ ਸੰਗਤ ਕੁਦਰਤੀ ਆ, ਸੰਗਤ ਉਸ ਵੇਲੇ ਤਾਂ ਕੀਰਤਨ ਕਰਦੀ ਰਹੀ ਹੋਏਗੀ। ਇਮੈਜਿਨ ਕਰਕੇ ਵੇਖੀਏ ਕਿ ਜਿਹੜੇ ਗੁਰੂ ਸਾਹਿਬ ਨੂੰ ਅਸੀਂ ਸਿਰਫ ਸ਼ਬਦ ਰੂਪ ਦੇਖਿਆ, ਜਿਹੜੀਆਂ ਫੋਟੋਆਂ 'ਤੇ ਝੂਠੀਆਂ ਹਨ, ਉਹਨਾਂ ਦਾ ਸ਼ਬਦ ਉਹਨਾਂ ਦੀ ਕੁਰਬਾਣੀ ਸੁਣ ਕੇ ਸਾਡੀਆਂ ਅੱਖਾਂ 'ਚ ਪਾਣੀ ਆ ਜਾਂਦਾ, ਅਤੇ ਜਿਹੜੇ ਦਿਨ ਰਾਤ ਉਹਨਾਂ ਦਾ ਸੰਗ ਕਰਨ ਵਾਲੇ ਸਿੱਖ ਸੀਗੇ, ਆਪਣੀਆਂ ਜਾਨਾਂ ਇੱਕ ਇੱਕ ਸਕਿੰਟ 'ਤੇ ਵਾਰਨ ਵਾਲੇ ਸੀਗੇ, ਉਹਨਾਂ ਦਾ ਗੁਰੂ ਸਾਹਿਬ ਨਾਲ ਪਿਆਰ ਕਿੰਨਾ ਕੁ ਹੋਏਗਾ। ਇੰਨਾ ਪਿਆਰ ਕਰਨ ਵਾਲਿਆਂ ਦੇ ਕੁਦਰਤੀ ਆ ਕਿ ਉਹਨਾਂ ਨੇ ਵੈਰਾਗ ਬਹੁਤ ਕੀਤਾ ਹੋਏਗਾ, ਬਹੁਤ ਵੈਰਾਗ ਹੋਇਆ। ਉਸ ਤੋਂ ਬਾਅਦ 'ਚ ਜਿਹੜੀ ਗੁਰੂ ਸਾਹਿਬ ਨੇ ਰਤਨਦਾਸ ਜੀ ਨੂੰ ਦਰਸ਼ਨ ਦਿੱਤੇ, ਉਹ ਸਾਖੀ ਰਤਨਗੜ੍ਹ ਦੀ ਆਪ ਜੀ ਦੇ ਨਾਲ ਅਲੱਗ ਸਾਖੀ ਹੈ। ਇਸ ਤਰ੍ਹਾਂ ਗੁਰੂ ਸਾਹਿਬ ਜੀ ਸੱਚਖੰਡ ਵਿਖੇ, ਇਸ ਤਾਂ ਜਿਹੜਾ ਵਾ ਆਪਣਾ ਇੱਥੋਂ ਸੱਚਖੰਡ ਨੂੰ ਚਲੇ ਜਾਂਦੇ ਹਨ। ਇੱਥੇ ਬੜਾ ਲੰਮਾ ਸਮਾਂ ਕੋਈ ਸਥਾਨ ਨਹੀਂ ਸੀ ਬਣਿਆ। ਮਹਾਰਾਜਾ ਰਣਜੀਤ ਸਿੰਘ ਜੀ ਨੇ ਗੁਰੂ ਸਾਹਿਬ ਦੀ ਯਾਦ ਵਿੱਚ 10 ਮੰਜ਼ਿਲਾ ਸਥਾਨ ਬਣਾਉਣ ਦੀ ਸੋਚੀ, ਇਹਦੀਆਂ ਨੀਂਹਾਂ ਬਹੁਤ ਮਜ਼ਬੂਤ ਰੱਖੀਆਂ ਗਈਆਂ, ਪਰ ਮਹਾਰਾਜਾ ਜੀ ਆਪ ਜਦੋਂ ਚਲੇ ਗਏ ਦੁਨੀਆ ਤੋਂ, ਤਾਂ ਉਸ ਤੋਂ ਬਾਅਦ 'ਚ ਕੰਮ ਉੱਥੇ ਰੁਕ ਗਿਆ। ਹੁਣ ਤਕਰੀਬਨ 2 ਮੰਜ਼ਿਲਾਂ ਦੇ ਉੱਤੇ ਗੁੰਬਦ ਹੈ, ਬਹੁਤ ਸੋਹਣਾ ਇਹ ਆਨੰਦਮਈ ਨੰਦੇੜ ਦੇ ਵਿੱਚ ਸਥਾਨ ਜਿਹੜਾ ਵਾ, ਹਰ ਸਿੱਖ ਨੂੰ ਇੱਥੇ ਆਉਣਾ ਚਾਹੀਦਾ। ਇੱਥੇ ਲਿਖਿਆ ਹੋਇਆ ਬਚਨ ਕਿ ਗੁਰੂ ਸਾਹਿਬ ਨੇ ਇਹ ਵੀ ਕਿਹਾ ਸੀਗਾ, ਹਰ ਸਿੱਖ ਦੀ ਮੈਂ ਇੱਥੇ 60 ਸਾਲ ਤੱਕ ਉਡੀਕ ਕਰਦਾ ਹਾਂ। ਅਤੇ ਗੁਰੂ ਸਾਹਿਬ ਨੇ ਸਾਡੇ ਭਾਗ ਖੋਲ੍ਹੇ, ਸਾਨੂੰ ਦਰਸ਼ਨ ਬਖਸ਼ੇ, ਜਿੰਨੀ ਕੁ ਸਾਡੀ ਮੁੱਤ ਬੁੱਧ ਬਖਸ਼ੀ ਉਹਦੇ ਅਨੁਸਾਰ ਤੁਹਾਡੇ ਨਾਲ ਅਸੀਂ ਸਾਂਝ ਪਾਈ ਹੈ। ਇਹ ਸਥਾਨ ਹੈ ਜੀ, ਇਹਦੇ ਨਾਲ ਹੀ ਮਾਤਾ ਭਾਗ ਕੌਰ ਜੀ ਦਾ ਜਿਹੜਾ ਸਥਾਨ ਹੈ, ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ ਜੀ ਦਾ ਅੰਗੀਠਾ ਸਾਹਿਬ ਆ, ਉਹਦੀ ਵੱਖਰਾ ਤੁਹਾਡੇ ਨਾਲ ਸਾਂਝ ਪਾਵਾਂਗੇ। ਅਤੇ ਜਿਹੜਾ ਇਹ ਸਥਾਨ ਹੈ, ਇੱਥੇ ਬਹੁਤ ਰਿਹਾਇਸ਼ ਹੈ, ਸੁੰਦਰ ਰਮਣੀਕ ਵਧੀਆ ਮੌਸਮ ਹੈ ਇਸ ਵੇਲੇ, ਲੰਗਰ ਇੱਥੇ ਹਰ ਤਰ੍ਹਾਂ ਦੀ ਸਹੂਲਤ ਹੈ। ਸਭ ਤੋਂ ਵੱਡੀ ਗੱਲ ਹੈ ਕਿ 24 ਘੰਟੇ ਇੱਥੇ ਆਨੰਦ ਵਰਤਦਾ ਹੈ। ਸੰਗਤ ਜੀ ਆਓ, ਸਾਡੇ ਪਿਆਰੇ ਕਲਗੀਆਂ ਵਾਲੇ ਨੇ ਆਪਣਾ ਸਾਰਾ ਕੁਛ ਸਾਡੇ ਤੋਂ ਵਾਰ ਦਿੱਤਾ, ਅਤੇ ਅਸੀਂ ਹੁਣ ਇੰਨੇ ਕਿਰਤ ਘਣ ਨਾ ਹੋ ਜਾਈਏ ਕਿ ਕੇਸ ਵੀ ਨਾ ਰੱਖ ਸਕੀਏ, ਅੰਮ੍ਰਿਤ ਵੀ ਨਾ ਛਕ ਸਕੀਏ, ਬਾਣੀ ਵੀ ਨਾ ਪੜ੍ਹ ਸਕੀਏ, ਅਤੇ ਐਵੇਂ ਝੂਠਾ ਮੂਠਾ ਆਪਣੇ ਆਪ ਨੂੰ ਸਿੱਖ ਕਹੀ ਜਾਈਏ, ਉਹਦਾ ਸਾਨੂੰ ਕੋਈ ਫਾਇਦਾ ਨਹੀਂ ਹੋਣਾ। ਜੇ ਤੇਰੇ ਕੋਲ ਘਰ ਹੈ ਤਾਂ ਹੈ, ਝੂਠਾ ਕਹੇਗਾ ਮੇਰੇ ਕੋਲ ਘਰ ਹੈ ਤਾਂ ਉਹਦੇ ਨਾਲ ਘਰ ਨਹੀਂ ਹੁੰਦਾ। ਇੱਦਾਂ ਹੀ ਜੇ ਸਿੱਖ ਆਪਣੇ ਆਪ ਨੂੰ ਕਹਾਈ ਜਾਵਾਂਗੇ, ਸਿੱਖੀ ਦੀ ਕੋਈ ਗੱਲ ਸਾਡੇ 'ਚ ਨਾ ਹੋਈ, ਖਾਲੀ ਆਏ ਖਾਲੀ ਚਲੇ ਜਾਵਾਂਗੇ, ਆਪਣੇ ਮੰਦੇ ਭਾਗ ਨਾ ਬਣਾਈਏ ਕਿ ਗੁਰੂ ਨਾਨਕ ਦੇਵ ਜੀ ਦੇ, ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਵੀ ਖਵਾਈਏ ਅਤੇ ਪੱਲੇ ਵੀ ਸਾਡੇ ਕੁਛ ਨਾ ਹੋਣ। ਗੁਰੂ ਸਾਹਿਬ ਤੁਹਾਨੂੰ ਅਤੇ ਮੈਨੂੰ ਸਾਰਿਆਂ ਨੂੰ ਸਾਨੂੰ ਸਿੱਖੀ ਦੀ ਦਾਤ ਬਖਸ਼ਣ, ਅਤੇ ਕਿਰਪਾ ਕਰਨ, ਹੋਈਆਂ ਭੁੱਲਾਂ ਦੀ ਮੁਆਫੀ ਜੀ। ਪੇਜ ਨਿਸ਼ਾਨ ਸਿੰਘ ਆਸਟ੍ਰੇਲੀਆ ਫੇਸਬੁੱਕ ਯੂਟਿਊਬ ਦੇ ਉੱਤੇ ਲਾਈਕ ਸ਼ੇਅਰ ਜ਼ਰੂਰ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।